ਤੇ ਉਧਰ ਕੈਨੇਡਾ ਵਿੱਚ ਕੀਤੇ ਇੱਕ ਨਵੇਂ ਸਰਵੇਖਣ ਵਿੱਚ ਦੱਸਿਆ ਗਿਆ ਕਿ ਆਖਿਰ ਕੈਨੇਡੀਅਨ ਆਪਣੇ ਹੈਲਥ ਕੇਅਰ ਲਈ ਕਿੰਨੇ ਡਾਲਰ ਖਰਚ ਕਰਦੇ ਨੇ। ਫਰੈਸ਼ਰ ਇੰਸਟੀਚਿਊਟ ਵੱਲੋਂ ਕੀਤੇ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਕਿ ਇੱਕ ਟਿਪੀਕਲ ਕੈਨੇਡੀਅਨ 4 ਮੈਂਬਰਾਂ ਵਾਲੇ ਪਰਿਵਾਰ 2018 ਵਿੱਚ ਹੈਲਥ ਕੇਅਰ ਲਈ 12,935 ਕੈਨੇਡੀਅਨ ਡਾਲਰ ਖਰਚ ਕਰਨਗੇ। ਇਸ ਸਰਵੇ ਮੁਤਾਬਕ ਕੈਨੇਡਾ ਵਿੱਚ ਹਰੇਕ ਨੌਜਵਾਨ ਕੈਨੇਡੀਅਨ 4,640 ਡਾਲਰ ਖਰਚ ਕਰੇਗਾ। ਇਸ ਵਿੱਚ ਕਿਹਾ ਗਿਆ ਕਿ ਜ਼ਿਆਦਾਤਰ ਕੈਨੇਡੀਅਨਸ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਕਿੰਨਾ ਪੈਸਾ ਸਿਹਤ ਦੀ ਦੇਖ ਰੇਖ 'ਤੇ ਖਰਚ ਹੁੰਦਾ, ਕਿਉਂਕਿ ਬਹੁਤੇ ਕੈਨੇਡੀਅਨ ਹਸਪੀਟਲ ਜਾਂ ਡਾਕਟਰ ਕੋਲ ਜਾਣ 'ਤੇ ਆਪਣੇ ਬਿੱਲਾਂ ਦੀ ਪੜਤਾਲ ਨਹੀਂ ਕਰਦੇ। ਫਰੈਸ਼ਰ ਇੰਸਟੀਚਿਊਟ ਨੇ ਸਟੈਟਿਸਟਿਕਸ ਕੈਨੇਡਾ ਦੇ ਵੱਖ ਵੱਖ ਅਧਿਐਨ ਦੇ ਅੰਕੜੇ ਇਕੱਠੇ ਕੀਤੇ ਅਤੇ ਬਾਅਦ ਵਿੱਚ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫੋਰਮੇਸ਼ਨ ਦੇ ਅੰਕੜਿਆਂ ਦਾ ਅਧਿਐਨ ਕੀਤਾ। ਇਸ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਜਾਰੀ ਅੰਕੜਿਆਂ ਵਿੱਚ ਕਿਹਾ ਗਿਆ ਕਿ ਕੈਨੇਡਾ ਦਾ 4 ਮੈਂਬਰੀ ਔਸਤ ਪਰਿਵਾਰ ਜੋ ਕਿ 2018 ਵਿੱਚ 1,38,000 ਕੈਨੇਡੀਅਨ ਡਾਲਰ ਕਮਾਏਗੀ, ਉਸਨੂੰ 55,000 ਡਾਲਰ ਦੇ ਕਰੀਬ ਟੈਕਸ ਅਦਾ ਕਰਨੇ ਪੈਣਗੇ, ਜਿਸ ਵਿੱਚ 12,935 ਡਾਲਰ ਪਬਲਿਕ ਹੈਲਥ ਕੇਅਰ ਦੇ ਸ਼ਾਮਿਲ ਹੋਣਗੇ। ਸਰਵੇ ਵਿੱਚ ਕਿਹਾ ਗਿਆ ਕਿ ਔਸਤਨ ਹਰੇਕ ਨੌਜਵਾਨ ਕੈਨੇਡੀਅਨ ਸਾਲ ਵਿੱਚ 44,348 ਡਾਲਰ ਕਮਾਉਂਦਾ ਅਤੇ 19,749 ਡਾਲਰ ਟੈਕਸਾਂ ਦੀ ਅਦਾ ਕਰਦਾ। ਇਸ ਤਰ੍ਹਾਂ ਨਾਲ ਹਰੇਕ ਨੌਜਵਾਨ ਹੈਲਥ ਕੇਅਰ 'ਤੇ 4,640 ਡਾਲਰ ਅਦਾ ਕਰ ਰਿਹਾ। ਬੀਤੇ ਇੱਕ ਦੋ ਦਹਾਕਿਆਂ ਦੌਰਾਨ ਇਸ ਰਾਸ਼ੀ ਵਿੱਚ ਕਾਫ਼ੀ ਵਾਧਾ ਹੋਇਆ। ਹਰੇਕ ਕੈਨੇਡੀਅਨ ਪਰਿਵਾਰ ਜੋ ਰਾਸ਼ੀ 1997 ਵਿੱਚ ਹੈਲਥ ਕੇਅਰ 'ਤੇ ਖਰਚ ਕਰਦਾ ਸੀ, ਅਜੋਕੇ ਸਮੇਂ ਵਿੱਚ ਉਹੀ ਪਰਿਵਾਰ ਹੈਲਥ ਕੇਅਰ 'ਤੇ 68.5 ਫੀਸਦੀ ਜ਼ਿਆਦਾ ਅਦਾ ਕਰ ਰਿਹਾ। ਇਸੇ ਤਰ੍ਹਾਂ ਨਾਲ ਇੱਕ ਨੌਜਵਾਨ ਔਸਤਨ ਬੀਤੇ ਸਮੇਂ ਤੋਂ 119.4 ਫੀਸਦੀ ਟੈਕਸਾਂ 'ਤੇ ਜ਼ਿਆਦਾ ਅਦਾ ਕਰ ਰਿਹਾ। ਇਸਦਾ ਕਾਰਨ ਕੈਨੇਡਾ ਹੈਲਥ ਕੇਅਰ ਦੇ ਖਰਚਿਆਂ ਦਾ ਲਗਾਤਾਰ ਵਧਣਾ ਹੈ।